ਤੇਰੇ ਸੰਤਾਂ ਜਾਚੋ ਚਰਨ ਦੇਣ। ਅੱਗੇ ਗੁਰੂ ਜੀ ਕਹਿੰਦੇ ਤੇਰੇ ਸੰਤਾਂ ਦੇ ਚਰਨਾਂ ਦੀ ਧੂੜੀ ਚੋਣ। ਕੋਈ ਬ੍ਰਾਹਮਣ ਸੀ, ਆਪਣੇ ਬ੍ਰਹਮ ਭਾਵ ਨੂੰ ਛੱਡ ਕੇ, ਜਿਹੜਾ ਬ੍ਰਹਮਾ ਵਾਲੇ ਕਿਰਤਾਬ ਹੁੰਦੇ, ਪਹਿਲੇ ਸਮੇ ਲੋਕ ਬ੍ਰਾਹਮਣ ਲੋਕ ਜਪ ਨੇ, ਜੱਗ ਕਰਨੇ ਕਰਾਉਣੇ, ਦਾਨ ਦੇਣਾ ਲੈਣਾ, ਬ੍ਰਹਮ ਵਿਦਿਆ ਪੜ੍ਹਨੀ ਤੇ ਪੜ੍ਹਾਉਣੀ, 6 ਕਰਮ ਇਹਨਾਂ ਵਿੱਚ ਪਾਏ ਜਾਂਦੇ ਹੁੰਦੇ ਸਨ। ਤੋ ਇਹ ਜਿਤਨੀਆਂ ਨਿੰਦਣੀ ਗੱਲਾਂ ਹਨ, ਮਦਰਾ ਮਾਸ ਜੂਆ ਟਹਿਣ ਤੋਂ ਪ੍ਰੇਰਨਾ ਹੁੰਦਾ। ਉਸਨੂੰ ਬ੍ਰਾਹਮਣ ਮੰਨਿਆ ਜਾਂਦਾ ਸੀ, ਉਹ ਸਤਿਕਾਰਨ ਦੇ ਲਾਇਕ ਹੁੰਦਾ ਸੀ। ਸੋ ਇੱਕ ਬ੍ਰਾਹਮਣ ਆਪਣੇ ਸੁਭਾਅ ਨੂੰ ਛੋੜ ਕੇ ਉਸਨੇ ਹੋਰ ਹੀ ਨਿੰਦਣੀ ਕਰਮ ਕਰਨੇ ਸ਼ੁਰੂ ਕਰ ਦਿੱਤੇ, ਚੰਗੇ ਚਮੜੇ ਦੇ ਕੰਮ ਸ਼ੁਰੂ ਕਰਦੇ ਜਿਹੜੇ ਉਸ ਮੌਕੇ ਚ ਬੜੇ ਬੁਰੇ ਮੰਨੇ ਜਾਂਦੇ ਸਨ। ਸਵੇਂ ਕਰਕੇ ਇਸੇ ਤਰ੍ਹਾਂ ਉਹਦਾ ਸਮਾਂ ਗੁਰਦੁਆਰਾ ਚਲਾ ਗਿਆ, ਨਾ ਹੀ ਕੋਈ ਭਜਨ ਪਾਠ ਕੀਤਾ, ਨਾ ਹੀ ਕੋਈ ਦਾਨ ਇਸ਼ਨਾਨ ਸੁਨੇਹ ਸੁਨੇਹ ਕੀਤਾ। ਜਦੋਂ ਉਹਦਾ ਵਕਤ ਪੂਰਾ ਹੋ ਗਿਆ, ਉਮਰ ਪੂਰੀ ਹੋ ਗਈ, ਉਸਨੂੰ ਜਮਦੂਤ ਪਕੜ ਕੇ ਲੈ ਜਾਂਦੇ ਹਨ। ਧਰਮਰਾਜ ਨੇ ਹਿਸਾਬ ਕਿਤਾਬ ਦੇਖਿਆ, ਕਹਿਣ ਲੱਗੇ ਇਸਨੂੰ ਕੰਘੀ ਨਰਕ ਛੱਡ ਦੋ, ਇਸਨੇ ਕੋਈ ਚੰਗਾ ਕਰਮ ਨਹੀਂ ਕੀਤਾ, ਮਾਨਵਤਾ ਨੂੰ ਧਾਰ ਕੇ ਮਾਨਵਤਾ ਨੂੰ ਬਰਬਾਦ ਕਰਕੇ ਚਲਾ ਆਇਆ। ਨਰਕ ਵਿੱਚ ਸਿੱਟਿਆ ਗਿਆ, ਨਰਕ ਠੰਡਾ ਹੋ ਗਿਆ, ਉੱਥੇ ਦੇ ਲੋਕਾਂ ਨੂੰ ਵੀ ਸ਼ਾਂਤੀ ਆ ਗਈ। ਜਮਦੂਤ ਆ ਕੇ ਕਹਿਣ ਲੱਗੇ ਮਹਾਰਾਜ, ਇਹਦਾ ਕੋਈ ਨਾ ਕੋਈ ਐਸਾ ਕਰਮ ਹੈ ਚੰਗਾ, ਜਿਸ ਕਰਕੇ ਉੱਥੇ ਦੇ ਲੋਕਾਂ ਨੂੰ ਵੀ ਸ਼ਾਂਤੀ ਹੈਗੀ। ਅੱਛੀ ਤਰ੍ਹਾਂ ਆਪਣਾ ਹਿਸਾਬ ਕਿਤਾਬ ਖੋਜ ਕੇ ਦੇਖੋ ਤੇ ਦੇਖੋ। ਕਹਿਣਗੇ ਨਹੀਂ, ਇਹਦਾ ਕੋਈ ਚੰਗਾ ਕਰਮ ਨਹੀਂ, ਇਸਨੇ ਕੀਤਾ ਹੀ ਨਹੀਂ। ਠੀਕ ਹੈ, ਕੁੰਭੀ ਨਰਕ ਦੇ ਅਧਿਕਾਰੀ ਹੈ, ਫਿਰ ਤੇ ਸ਼ਾਂਤੀ ਵਰਤ ਗਈ। ਕਹਿਣਾ ਕੋਈ ਗੱਲ ਹੈ, ਜ਼ਰੂਰ ਹੋ ਨਹੀਂ ਸਕਦਾ ਕੋਈ ਐਸਾ ਇਹਦਾ ਕਰਮ ਹੈ ਜਿਸ ਕਰਕੇ ਉਹਨਾਂ ਲੋਕਾਂ ਨੂੰ ਵੀ ਸ਼ਾਂਤੀ ਆ ਗਈ। ਅੱਛੀ ਤਰ੍ਹਾਂ ਖੋਜੋ। ਖੋਜ ਕੇ ਦੇਖਿਆ ਧਰਮਰਾਜਾ, ਕਹਿੰਦਾ ਹਾਂ ਹੋਰ ਕੁਛ ਨਹੀਂ ਇਸਨੇ ਕੀਤਾ, ਪਰ ਜਿੱਥੇ ਇਸਦੀ ਦੁਕਾਨ ਸੀ ਉੱਥੇ ਮਹਾਤਮਾ ਦੀ ਆਵਾਜਾਈ ਸੀ, ਉੱਥੇ ਲੰਘਦੇ ਹੁੰਦੇ ਇਹਦੇ ਮੱਥੇ ਦੇ ਮਹਾਤਮਾ ਦੇ ਚਰਨਾਂ ਦੀ ਧੂੜ ਉੱਡ ਕੇ ਪੈਂਦੀ। ਉਹਨੇ ਇਹਦੇ ਕਰਮ ਨਸ਼ਟ ਕਰਕੇ, ਹੋਰ ਇਹਦਾ ਚੰਗਾ ਕਰਮ ਕੋਈ ਨਹੀਂ, ਚੰਗਾ ਕਹਿੰਦੇ ਸਵਰਗਾਂ ਚ ਲੈ ਗਏ ਸੀ। ਉੱਥੇ ਤੇਰੇ ਸੰਤਾਂ ਜਾਚੋ ਚਰਨ ਰਹਿਣ, ਇਹ ਪ੍ਰਭੂ ਤੇਰੇ ਸੰਤਾਂ ਦੀ ਚਰਨ ਧੂੜੀ ਚਾਹਣਾ, ਲੈ ਮਸਤ ਕਲਾ ਉਨਕਾ ਕਿਰਪਾ ਦੇਣ, ਕਿਰਪਾ ਕਰਕੇ ਮੈਨੂੰ ਇਹ ਦੇ ਚਰਨ ਧੂੜੀ ਤੇਰੇ ਸੰਤਾਂ ਦੀ ਆਪਣੇ ਮੱਥੇ ਨੂੰ ਦਿਵਾ। ਇਉਂ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਨੇ ਸ਼ਬਦ ਦੇ ਵਿੱਚ ਜਿਤਨੇ ਭਗਤ ਹੋਏ ਹਨ ਉਹਨਾਂ ਦਾ ਮੁਖਸਿਰ ਤੌਰ ਤੇ ਜ਼ਿਕਰ ਕਰਦੇ ਹਨ। ਇਕੱਲੇ ਇਕੱਲੇ ਦਾ ਸਾਰੇ ਸ਼ਬਦ ਦੇ ਵਿੱਚ ਜਿਹਨੇ ਭਗਤ ਮਾਲ ਬਣਾਈ ਹੈ, ਜਿਹਦੇ ਵਿੱਚ ਸਾਰੇ ਭਗਤਾਂ ਦਾ ਇਤਿਹਾਸ ਆਉਂਦਾ ਹੈ, ਨਾਮਦੇਵ, ਕਬੀਰ, ਧੰਨਾ, ਸੁਖਨਾ, ਸ਼ੈਨ, ਹੋਰ ਸਾਰੇ ਇਹ ਸ਼ਬਦ ਵਿੱਚ ਅੱਗੇ ਗਹਿਣਗੇ ਕਿ ਇਹਨੂੰ ਉਹਨਾਂ ਤੇ ਕਿਰਪਾ ਹੋਈ ਹੈ ਪਰਮੇਸ਼ਰ ਦੀ। ਇਹਨੂੰ ਸਭ ਦਾ ਭਲਾ ਤਾਂ ਸਤਸੰਗ ਤੇ ਹੀ ਹੋਇਆ ਹੈ, ਸਤਸੰਗ ਤੋਂ ਬਿਨਾਂ ਤਾਂ ਸਤ ਦੇ ਪਾਸੇ ਵੀ ਸੋਝੀ ਪੈਂਦੀ ਹੀ ਨਹੀਂ। ਮੁਸ਼ਕਲਾਂ ਕਾਲਜਾਂ ਤੋਂ ਬਿਨਾਂ ਤਾਂ ਵਿਦਿਆ ਪ੍ਰਾਪਤ ਹੁੰਦੀ ਹੀ ਨਹੀਂ ਕਿਸੇ ਨੂੰ। ਇਸੇ ਤਰ੍ਹਾਂ ਹੀ ਸਤਸੰਗ ਤੋਂ ਬਿਨਾਂ ਸਤ ਜੋ ਪਰਮਾਤਮਾ ਹੈ ਉਹਦੀ ਸੋਝੀ ਨਹੀਂ ਪੈਂਦੀ। ਜਦ ਸਤਸੰਗ ਪ੍ਰਾਪਤ ਹੁੰਦਾ ਹੈ ਫਿਰ ਇਸਨੂੰ ਸਤ ਦੇ ਪਾਸੇ ਵੀ ਸੋਝੀ ਪੈਂਦੀ ਹੈ। ਇਹ ਇਸ ਪਾਸੇ ਸਤਸੰਗ ਮਿਲਦਾ ਹੈ, ਬੜੇ ਭਾਗ ਨੂੰ ਵੀ ਭਾਗਾਂ ਸਤਸੰਗ ਨਾ ਲੱਗੇ। ਮੇਰੀ ਸੰਗਤ ਮੈਲ ਭਰੀ ਜਾਏ ਜੀ, ਪਹਿਲ ਤਾਂ ਮਨੁੱਖਾਂ ਦੇ ਹੀ ਨਹੀਂ ਮਿਲਦੇ, ਮਨੁੱਖਾਂ ਦੇ ਮਿਲ ਗਈ ਫਿਰ ਇਸ ਨੂੰ ਸਤਸੰਗ ਨਹੀਂ ਮਿਲਦਾ, ਬੜੇ ਭਾਗਾਂ ਤੋਂ ਬਿਨਾਂ। ਸਤਸੰਗ ਮਿਲ ਜਾਏ ਫਿਰ ਇਸਨੂੰ ਇਸ ਮਾਰਗ ਤੇ ਚੱਲਣਾ ਆਸਾਨ ਹੋ ਜਾਂਦਾ। ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜਾਏ ਜੀ। ਸਤਸੰਗ ਤੋਂ ਬਿਨਾਂ ਮਨ ਦੀ ਮੈਲ, ਜਿਵੇਂ ਕੱਪੜਾ ਸਫੈਦ ਹੁੰਦਾ ਹੈ ਉਸਦੇ ਵਿੱਚ ਮੈਲ ਭਰ ਜਾਏ ਉਸ ਦੀ ਚਟਿਆਈ ਨਜ਼ਰ ਨਹੀਂ ਆਉਂਦੀ, ਕਿਉਂ ਮੈਲ ਨੇ ਢਕ ਲਈ ਹੁੰਦੀ ਹੈ।
ਜਦੋਂ ਸਮੈਲ ਨੂੰ ਦੂਰ ਕਰ ਦਿੱਤਾ ਜਾਵੇ ਕਿਸੇ ਤਰੀਕੇ, ਫਿਰ ਸਾਬਣ ਲਗਾ ਕੇ, ਸੱਜੀ ਸੋਡਾ ਜਾਂ ਕੁਛ ਹੋਰ ਖਾਰ ਵਗੈਰਾ ਪਕਾ ਕੇ ਉਹਦੀ ਚਟਾਈ ਵਿੱਚੋਂ ਹੀ ਪਲਟ ਹੋ ਜਾਂਦੀ, ਕਿਤੇ ਗਈ ਨਹੀਂ ਸੀ ਨਾ ਕਿਤੋਂ ਆਈ ਹੈ। ਇਸੇ ਤਰ੍ਹਾਂ ਪਰਮੇਸ਼ਰ ਸਭ ਦੇ ਅੰਦਰ ਵਸਦਾ ਹੈ, ਜਿਹਨਾਂ ਦੇ ਹਿਰਦੇ ਸਾਫ਼ ਹਨ ਉਹਨਾਂ ਦੇ ਵਿੱਚ ਉਸਦਾ ਅਕਸ ਦਿੰਦਾ ਹੈ, ਜਿਹਦੇ ਹਿਰਦੇ ਮੈਲੇ ਹਨ ਉਹਨਾਂ 'ਚ ਦਿੰਦਾ ਨਹੀਂ। ਜਿਵੇਂ ਸੂਰਜ ਹਮੇਸ਼ਾ ਅਪਰੋਕਸ਼ ਹੈ ਤੇ ਕਦੇ ਵਿਨਾਸ਼ ਨਹੀਂ ਹੁੰਦਾ, ਪਰ ਨਜ਼ਰ ਕਿੱਥੇ ਆਉਂਦਾ ਹੈ? ਇੱਕ ਪਾਣੀ ਦਾ ਘੜਾ ਹੈ, ਉਹ ਬਿਲਕੁਲ ਉਹਦਾ ਪਾਣੀ ਸਾਫ਼ ਹੈ ਔਰ ਟਿਕਿਆ, ਉਸਦੇ ਵਿੱਚ ਸੂਰਜ ਦਾ ਅਕਸ ਨਜ਼ਰ ਆਏਗਾ ਪੂਰਾ। ਇੱਕ ਪਾਣੀ ਦਾ ਘੜਾ, ਉਹਦਾ ਪਾਣੀ ਮੈਲਾ ਹੈ ਔਰ ਹਿੱਲਦਾ ਹੈ, ਉਹਦੇ ਵਿੱਚ ਦਿਸੇਗਾ ਨਹੀਂ, ਚੌਲਾ ਜਿਹਾ ਪਏਗਾ, ਇੰਨੀ ਲਿਸ਼ਕਾਰੇਗੀ ਦਿਸੂਗਾ, ਉਹਨੂੰ ਕੁਛ ਨਜ਼ਰ ਆਏਗਾ। ਇੱਕ ਘੜੇ ਦਾ ਪਾਣੀ, ਉਹਦੇ ਉੱਪਰ ਕਾਈ ਆਈ ਹੋਈ ਹੈ ਬਿਲਕੁਲ ਹੀ, ਕੋਈ ਦਿਸੇਗਾ ਕਿ ਨਹੀਂ। ਇਸੇ ਤਰ੍ਹਾਂ ਪਰਮਾਤਮਾ ਸਾਰੇ ਪਰਿਪੂਰਨ ਹੈ, ਉਹ ਐਸੀ ਵਸਤੂ ਹੈ ਕਦੇ ਹੋਵੇ ਕਦੇ ਨਾ ਹੋਵੇ ਐਸਾ ਨਹੀਂ ਹੈ। ਸਦੀਵੀ ਅਸਤੀ ਐਸਾ ਹੈ, ਮੇਰਾ ਸਦਾ ਹੈ, ਦਿਸੇ ਸ਼ਬਦ ਕਮਾਏ, ਉਹ ਅਣਹੋਣੀ ਕਦੇ ਨਾ ਆਵੇ ਨਾ ਜਾਏ। ਲੇਕਿਨ ਜੀ ਸਰੀਰ ਘੜਾ ਹੈ, ਹਿਰਦਾ ਪਾਣੀ ਹੈ। ਜਿਸ ਸਰੀਰ ਦੇ ਵਿੱਚ ਹਿਰਦਾ ਕਹੀਏ, ਮਨ ਮਨ ਚਿੱਤ ਬੁੱਧ ਅਹੰਕਾਰ ਨੂੰ ਹਿਰਦਾ ਕਹਿੰਦੇ, ਮਨ ਫੁਰਨੇ ਦਾ ਨਾਂ ਹੈ, ਸੰਕਲ ਵਿਕਲਪ ਚਿੱਤ ਚਿੱਤ ਨਹੀਂ ਜਾਣਾ ਦਾ ਨਾਂ ਹੈ, ਬੁੱਧ ਵਿਚਾਰ ਨੀਚੇ ਦਾ ਨਾਂ ਹੈ, ਅਹੰਕਾਰ ਹੰਗਤਾ ਮਮਤਾ ਦਾ ਨਾਂ ਹੈ, ਹੈ ਗੁਰ ਨਹੀਂ। ਜਿਹਨਾਂ ਦੇ ਮਨ ਟਿਕੇ ਹਨ, ਟਿਕਦੇ ਹਨ ਹਮੇਸ਼ਾ ਭਜਨ ਕਰਕੇ, ਐਵੇਂ ਮਨ ਨਹੀਂ ਟਿਕਿਆ ਕਰਦਾ। ਸੋ ਜਿਹਨਾਂ ਦੇ ਮਨ ਕੁਝ ਦੇਰ ਸਤਸੰਗ ਦੁਆਰਾ, ਵੱਡੇ ਭਾਗਾਂ ਨਾਲ ਸਤਸੰਗ ਮਿਲੀ, ਮਨ ਟਕਾ ਜਾਏ, ਉਹ ਟਿਕੇ ਮਨ ਦੇ ਵਿੱਚ ਉਹਦਾ ਅਕਸ਼ ਪੈਣ ਲੱਗ ਪਿਆ। ਸੋ ਉੱਥੇ ਪ੍ਰਤੀਕ ਬਈ ਹੈ ਤਾਂ ਸਾਰੇ ਹੀ। ਦੂਸਰਾ ਸਰੀਰ ਹੈ, ਉਹਦਾ ਅੰਤਕਰਨ ਇਤਨਾ ਸ਼ੁੱਧ ਨਹੀਂ, ਲੇਕਿਨ ਕੁਛ ਹੈ, ਥੋੜਾ ਬਹੁਤ ਖਿਲਦਾ ਵੀ ਹੈ, ਲੇਕਿਨ ਬਿਲਕੁਲ ਕਾਈ ਨਹੀਂ ਉਹਦੇ ਉੱਪਰ ਆਈ ਗਈ, ਉੱਥੇ ਇਸੇ ਸਮੇਂ ਝਲਕਾਰੇ ਜਿਹੇ ਪੈਂਦੇ ਹਨ। ਇੱਕ ਸਰੀਰ ਹੈ, ਉਸ ਅੰਤਕਰਨ ਇਤਨੀ ਕਾਈ ਆਈ ਹੋਈ ਹੈ, ਬਿਲਕੁਲ ਹੀ ਪੜਦਾ ਆਇਆ ਹੈ, ਉੱਥੇ ਕਿਵੇਂ ਦਿਸੇ? ਉੱਥੇ ਦੀਵੇ ਹੀ ਨਹੀਂ ਹੈਗੀ। ਇਸ ਕਰਕੇ ਉਸਨੂੰ ਕਾਈ ਨੂੰ ਦੂਰ ਕਰਨ ਦਾ ਉਪਾਅ ਹੈ, ਹੌਲੀ ਹੌਲੀ ਸਫ਼ਾ ਸਤਸੰਗ ਦੁਆਰਾ ਹੀ ਹੁੰਦਾ। ਇਸ ਮਨ ਕੋ ਜਨਮ ਜਨਮ ਕੀ ਮਨ ਲੱਗੀ, ਕਾਲਾ ਵਾਸਿਆ ਖੱਲੀ ਧੋਤੀ ਉਜਲੀ ਨਾ ਹੋਵੇ, ਜੇ ਸ਼ਬਦ ਬਣ ਪਾ। ਇਸ ਮਨ ਨੂੰ ਜਨਮਾਂ ਜਨਮਾਂ ਤਰ੍ਹਾਂ ਦੀ ਪਾਸਾਂ ਰੂਪੀ ਮੈਲ ਲੱਗੀ ਹੋਈ ਹੈ। ਕਿਹੋ ਜਿਹਾ ਮੈਲਾ ਹੋਇਆ? ਜਿਵੇਂ ਤੇਲੀਆਂ ਦੇ ਖੋਲੂ ਸਾਫ਼ ਕਰਨ ਵਾਲੀ ਟਾਕੀ ਹੁੰਦੀ ਹੈ, ਉਹਦੇ ਵਿੱਚ ਸੰਧਿਆਈ ਸ਼ਾਇਦ ਮੈਲ ਪਈ ਹੁੰਦੀ ਹੈ। ਜੇ ਕੋਈ ਉਸਨੂੰ ਸਾਬਣ ਲਗਾ ਕੇ ਉਸਦੀ ਮੈਲ ਕੱਢਣੀ ਚਾਹੇ, ਨਹੀਂ ਨਿਕਲਦੀ, ਸਾਬਣ ਵਿੱਚ ਜੰਮ ਜਾਏਗਾ। ਉਸਨੂੰ ਜੁੱਤੀ ਨਾਲ ਸਫ਼ਾ ਕਰ ਦੇਣ, ਗਰਮ ਪਾਣੀ, ਬਹੁਤ ਗਰਮ ਪਾਣੀ ਉਹਦੇ ਵਿੱਚ ਉਬਾਲਦੇ ਹਨ, ਖਾਰ ਖੁਰ ਪਾ ਕੇ ਫਿਰ ਕਿਤੇ ਉਹ ਮੈਲ ਨਿਕਲਦੀ। ਇਸੇ ਤਰ੍ਹਾਂ ਮਨ ਦੀ ਦਿਸ਼ਾ ਦੱਸੀ ਹੈ, ਮਨ ਨੂੰ ਜਨਮਾਂ ਜਨਮਾਂਤਰਾਂ ਦੀ ਪਾਪਾਂ ਰੂਪੀ ਮੈਲ ਲੱਗੀ ਹੋਈ ਹੈ, ਜਿਸ ਕਰਕੇ ਕਾਲਾ ਸਿਆਹ ਹੋਇਆ, ਇਤਨਾ ਕਾਲਾ ਸਿਆਹ ਹੋ ਗਿਆ ਹੈ ਜਿਵੇਂ ਕੁੱਲੂਆਂ ਦੇ ਯਾਨੀ ਤੇਲੀਆਂ ਦੇ ਕੁੱਲੂ ਸਾਫ਼ ਕਰਨ ਦੀ ਟਾਕੀ ਹੁੰਦੀ ਹੈ। ਇਸ ਨੂੰ ਸਾਫ਼ ਕਰਨ ਵਾਸਤੇ ਸਤਿਗੁਰੂ ਮਿਲੇ ਉਲਟੀ ਪਈ ਮਤ ਬਦਲਾ, ਜਦੋਂ ਗੁਰੂ ਸ਼ਰਨ ਮਿਲਦੀ ਹੈ, ਗੁਰੂ ਸ਼ਰਨ ਪ੍ਰਾਪਤ ਹੁੰਦੀ ਹੈ, ਇਹਦੀ ਬੁੱਧ ਬਦਲ ਜਾਂਦੀ ਹੈ। ਸਤਸੰਗ ਦੁਆਰਾ ਬੁੱਧ ਬਦਲਦੀ ਹੈ, ਸੰਗ ਦੁਆਰਾ ਬੁੱਧ ਦੇ ਵਿੱਚ ਇਹ ਗੱਲਾਂ ਬਹਿੰਦੀਆਂ, ਰੱਬ ਹੈ ਨਹੀਂ ਕਿਉਂਕਿ ਮੈਨੂੰ ਦੀਂਦਾ ਨਹੀਂ, ਨਰਕ ਸੁਰਗ ਕੋਈ ਨਹੀਂ, ਕਰਮਾਂ ਦਾ ਫਲ ਕੋਈ ਨਹੀਂ, ਹਿਸਾਬ ਕਿਤਾਬ ਲੈਣ ਵਾਲਾ ਕੋਈ ਨਹੀਂ। ਕੁਸੰਗ ਦੁਆਰਾ ਗੁਰੂ ਟੀਚਰ ਦੁਆਰਾ ਇਹ ਇੰਨੇ ਚੇਤੇ ਮਨ ਵਿੱਚ ਬਹਿੰਦੇ ਹਨ,
ਪਰ ਜਦੋਂ ਸਤਸੰਗ ਪ੍ਰਾਪਤ ਹੁੰਦਾ ਹੈ ਫਿਰ ਇਹਦੇ ਨੀਚੇ ਬਦਲ ਜਾਂਦੇ, ਸਤਿਗੁਰੂ ਮਿਲੇ ਉਲਟੀ ਪਈ ਮਤ ਬਦਲਾ, ਗੁਰੂ ਮਿਲੇ ਤੇ ਮਤ ਉਲਟ ਹੋ ਜਾਂਦੀ ਹੈ ਬਦਲ ਜਾਂਦੀ ਹੈ। ਕਿਵੇਂ ਫਿਰ ਉਹ ਨੀਚੇ ਕਹਿਜੇ ਹੋ ਜਾਂਦੇ ਨੇ, ਪਰਮਾਤਮਾ ਹੈ ਮੈਨੂੰ ਨਹੀਂ ਦਿੰਦਾ, ਕਿਉਂਕਿ ਸਾਰੇ ਕਹਿੰਦੇ ਨੇ ਸਸਤੀ ਚੀਟੀ ਤਾਂ ਆਦਮੀ ਖੰਡ ਵਸੇ ਆਦਮੀ ਸ੍ਰਿਸ਼ਟੀ ਦਾ ਉਹਦੇ ਵਿੱਚ ਜਿਵੇਂ ਵਸਦੀ, ਜਿਵੇਂ ਸਮੁੰਦਰ ਪਾਣੀ ਦਾ ਭਰਿਆ, ਪਾਣੀ ਦੇ ਵਿੱਚ ਹਵਾ ਚੱਲੀ ਤੇ ਲਹਿਰਾਂ ਚੱਕ ਬੁੱਧ ਦੇ ਹੋ ਗਏ, ਉਹ ਕਾਹਚੋਂ ਹੋਏ ਪਾਣੀ ਚੋਂ, ਵਿੱਚ ਕੀ ਆ ਉਹਨਾਂ ਦੇ ਪਾਣੀ ਤੇ ਲੈ ਕਾਹਚ ਹੋਣਗੇ ਪਾਣੀ ਚ, ਹਰ ਤਿੰਨਾਂ ਹਾਲਤਾਂ ਵਿੱਚ ਪਾਣੀ ਹੀ ਹੈ। ਇਸੀ ਤਰ੍ਹਾਂ ਪਰਮਾਤਮਾ ਤੋਂ ਸ੍ਰਿਸ਼ਟੀ ਪੈਦਾ ਹੋਈ, ਉਹਦੇ ਵਿੱਚ ਹੈ ਸ੍ਰਿਸ਼ਟੀ, ਅੰਦਰ ਬਾਹਰ ਉਹ ਪਰਿਪੂਰਨ, ਆਖਿਰ ਸਾਰੀ ਸ੍ਰਿਸ਼ਟੀ ਉਹਦੇ ਵਿੱਚ ਲੈ ਹੋ ਜਾਏਗੀ। ਗੱਲ ਇਹ ਹੈ, ਪਰ ਇਸ ਨੂੰ ਅਜੇ ਇਤਨੀ ਸੋਝੀ ਨਹੀਂ। ਜਦੋਂ ਇਹ ਸਤਸੰਗ ਕਰਨਾ ਸ਼ੁਰੂ ਕਰਦਾ ਹੋਏ ਹੋਏ ਇਹਦੀ ਮਤ ਬਦਲਦੀ ਹੈ, ਫਿਰ ਇਹਦੀ ਮਤ ਦੇ ਵਿੱਚ ਕਈ ਨੇ ਚੈਨ ਨੂੰ ਰੱਬ ਹੈ ਮੈਨੂੰ ਨਹੀਂ ਦਿਸਦਾ, ਇਹਦਾ ਕਾਰਨ ਮਨ ਮੇਰਾ ਹੈ ਮੇਰਾ। ਸੋ ਇਸ ਕਰਕੇ ਨਹੀਂ ਦਿੰਦਾ ਹੈ। ਸ਼ੁੱਧ ਕਿਵੇਂ ਹੋਵੇ? ਸ਼ੁੱਧ ਹੋਣਾ ਭਜਨ ਦੇ ਸੇਵਾ ਕਰਨ ਕਰਕੇ ਸ਼ੁੱਧ ਹੋਏਗਾ। ਸ਼ੁੱਧ ਦੀ ਕੀ ਨਿਸ਼ਾਨੀ ਹੈ? ਬੁਰੇ ਖਿਆਲ ਨਾਲ ਉੱਠਣੇ, ਇਹ ਮਨ ਸ਼ੁੱਧ ਦੀ ਨਿਸ਼ਾਨੀ ਹੈ। ਰਾਗਨ ਦਾ ਖਿਆਲ ਉੱਠਣੇ, ਬੁਰੇ ਕੰਮਾਂ ਦੇ ਖਿਆਲ ਉੱਠਣੇ, ਮਨ ਮੈਲਾ ਮੰਨਿਆ ਜਾਂਦਾ। ਮਨ ਦੇ ਖੰਡਾਲੀ ਕੀ ਨਿਸ਼ਾਨੀ ਹੈ? ਮਨ ਨੇ ਨਾ ਟਿਕਣਾ, ਪਾਠਕਾਂ ਨੂੰ ਲੱਗਦਾ ਬੜੀ ਬੜੀ ਛਾਲਾਂ ਮਾਰਦੇ, ਕਿਆ ਇੱਕ ਓਂਕਾਰ ਤੇ ਹੈ ਇਹ ਅਸੀਂ ਪਿਛਲੋ ਅੱਗੇ ਜਾ ਪਹੁੰਚਦਾ ਹੈ, ਇਹ ਮਨ ਦੇ ਖੰਡਾਲ ਦੀ ਨਿਸ਼ਾਨੀ ਹੈ ਸ਼ੇਰ ਜੀ ਨੂੰ ਕਹਿਣ। ਸੋ ਇਹਦੇ ਵਿੱਚ ਇਹ ਨੁਕਸ ਪਏ ਹੋਏ ਹਨ। ਪਰਮਾਤਮਾ ਕਦੇ ਕਿਸੇ ਨੂੰ ਦੂਰ ਨਹੀਂ, ਪਰ ਜਿਸ ਮਨ ਰੂਪੀ ਸ਼ੀਸ਼ੇ ਵਿੱਚ ਉਹਦਾ ਦਰਸ਼ਨ ਹੁੰਦਾ, ਉਹਦੇ ਵਿੱਚ ਮਲ ਬਖੇਪ ਅਵਰਣ ਤੇ ਨੁਕਸ ਪਏ ਹੋਏ ਹਨ, ਉਹ ਦੂਰ ਕਰਨੇ ਹਨ। ਉਹ ਪਹਿਲੇ ਉਪਾਅ ਸਤਸੰਗ ਹੈ, ਇੱਥੋਂ ਹੌਲੀ ਹੌਲੀ ਦੂਰ ਹੋਣੇ ਸ਼ੁਰੂ ਹੋਣਗੇ। ਸੇਵਾ ਕਰਨ ਲੱਗੇਗਾ ਨਿਸ਼ਕਾਮ ਹੋ ਕੇ, ਇਹਦੇ ਖਿਆਲ ਵੀ ਬਦਲਣੇ ਸ਼ੁਰੂ ਹੋ ਜਾਣਗੇ, ਪਾਠ ਕਰਨ ਲੱਗ ਜਾਏਗਾ ਤੇ ਇੱਥੋਂ ਦੇ ਹੌਲੀ ਹੌਲੀ ਖਿਆਲ ਬਦਲਣਗੇ, ਕਿਉਂਕਿ ਦੂਸਰੇ ਖਿਆਲ ਜੋ ਭਜਨ ਦੇ ਖਿਆਲ ਉਹਨਾਂ ਨੂੰ ਦਬਾਉਣਗੇ, ਉਹ ਚੰਗੇ ਗ੍ਰੰਥ ਪੁਸਤਕ ਦੇਖੇਗਾ, ਉਹਦੇ ਬੁਰੇ ਖਿਆਲ ਨੂੰ ਦਬਾਉਣਗੇ, ਸਤਸੰਗ ਕਰੇਗਾ ਸਤਪੁਰਸ਼ਾਂ ਦੇ ਜਿਵੇਂ ਆਪਣੇ ਅਮਲ ਵਿੱਚ ਜਾਣ ਦੇ ਵਚਨ ਹਨ, ਉਹਨਾਂ ਦੇ ਵਚਨ ਸੁਣੇਗਾ, ਇਹਨੂੰ ਵਿਸ਼ਵਾਸ ਆਏਗਾ ਕਿ ਠੀਕ ਹਨ ਜੋ ਕੁਛ ਕਹਿੰਦੇ ਹਨ। ਸੋ ਇਹਨਾਂ ਖਿਆਲ ਦੇ ਬਦਲਣ ਲੱਗ ਜਾਣਗੇ, ਮਨ ਦੋਸ਼ ਦੂਰ ਹੋ ਜਾਊ।